ਇਦਾਂ ਕਰਦਾ ਵੱਡੇ ਵੱਡੇ ਉੱਚ ਵਿਚਾਰ ਹੁੰਦੇ ਨੇ ਉਹਨੂੰ ਅਕਸਰ ਬਾਬਾ ਕਹਿ ਦਿੰਦੇ ਆ ਤੇ ਇਹ ਉਸ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਨਾਮ ਦੇ ਨਾਲ ਬਾਬਾ ਜੁੜ ਗਿਆ ਜਾਂ ਇਹਦੀ ਕੋਈ ਹੋਰ ਕਹਾਣੀ ਹੈ ਜੋ ਸਾਰੇ ਦਰਸ਼ਕਾਂ ਨੂੰ ਤੇ ਮੈਨੂੰ ਨਹੀਂ ਪਤਾ ਮੈਂ ਕੋਈ ਬਾਬਾ ਬੂਬਾ ਨਹੀਂ ਹਾਂ ਕੀ ਲੈਣਾ ਮੇਰੇ ਨਾਂ ਕੋਲੋਂ ਕਿੱਦਾਂ ਇੱਥੋਂ ਤੱਕ ਪਹੁੰਚਿਆ ਹਾਂ ਪੁੱਛੋ ਮੇਰੀ ਮਾਂ ਕੋਲੋਂ ਕੀ ਪਾਪੜ ਵੇਲੇ ਉਹਨਾਂ ਪੁੱਛੋ ਅੱਬੂ ਜਾਂ ਕੋਲੋਂ ਉਹ ਕਾਤੋਂ ਵੱਧ ਪੜ੍ਹਾਇਆ ਮਾਪਿਆਂ ਨੇ ਕੁਝ ਨਹੀਂ ਕਦੇ ਛਪਾਇਆ ਮਾਪਿਆਂ ਨੇ ਤੇ ਹੁਣ ਵਾਰੀ ਆ ਤੇਰੀ ਸੁਰਿੰਦਰਾ ਤੂੰ ਕਿਉਂ ਕੁਝ ਛਪਾਊਂਗਾ ਇੱਕ ਵਾਰੀ ਮੇਰੇ ਗੀਤ ਸੁਣ ਲਿਓ ਸਿੱਧੀ ਕਰਕੇ ਨੀਤ ਸੁਣ ਲਿਓ ਤਿੰਨ ਮਿੰਟਾਂ ਦੇ ਗੀਤ 'ਚ ਸਾਰੀ ਜ਼ਿੰਦਗੀ ਸਮਝਾਊਂਗਾ ਤੇ ਜੇ ਨਾ ਚੰਗੇ ਬੋਲ ਹੋਣ ਟੱਚ ਨਾ ਤੁਹਾਡੀ ਸੋਲ ਹੋਣ ਵਾਅਦਾ ਕਰਦਾ ਸਿਰ 'ਤੇ ਹੱਥ ਰੱਖ ਜ਼ਿੰਦਗੀ ਭਰ ਨਹੀਂ ਗਾਊਂਗਾ ਸੌਖਾ ਤਾਂ ਨਹੀਂ ਹੁੰਦਾ ਨਾ ਦੋ ਯਾਰਾਂ ਤੋਂ ਲੱਖਾਂ ਫੈਨਾਂ ਤੱਕ ਦਾ ਸਫ਼ਰ ਟੁੱਟੇ ਜੇ ਸਾਈਕਲ ਤੋਂ ਵੈਂਟੀਆਂ ਵੈਨਾਂ ਤੱਕ ਦਾ ਸਫ਼ਰ ਦੋ ਕੱਚੇ ਕਮਰਿਆਂ ਤੋਂ ਕੈਮਰਿਆਂ ਤੱਕ ਦਾ ਸਫ਼ਰ ਤੇ ਘਰ ਦੇ ਕੱਚੇ ਜੇ ਚੌਂਕੇ ਤੋਂ 5 ਸਟਾਰਾਂ ਦੇ ਡਾਈਨਿੰਗ ਮੇਜ਼ਾਂ ਤੱਕ ਦਾ ਸਫ਼ਰ ਡੰਗਰਾਂ ਦੀਆਂ ਖੁਰਲੀਆਂ ਤੋਂ ਸਟੇਜਾਂ ਤੱਕ ਦਾ ਸਫ਼ਰ ਸੌਖਾ ਤਾਂ ਨਹੀਂ ਹੁੰਦਾ ਨਾ ਇਹ ਮੇਰੀ ਐਲਬਮ ਸਮਰਪਿਤ ਹੈ ਮੇਰੇ ਮਾਪਿਆਂ ਨੂੰ ਮੇਰੇ ਪਰਿਵਾਰ ਨੂੰ ਮੇਰੇ ਯਾਰਾਂ ਦੋਸਤਾਂ ਨੂੰ ਮੇਰੀ ਮੁਹੱਬਤ ਨੂੰ ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਜ਼ਿੰਦਗੀ ਦੇ ਔਖੇ ਸੌਖੇ ਰਾਹਾਂ 'ਚ ਮੇਰਾ ਸਾਥ ਦੇਣ ਵਾਲਿਆਂ ਨੂੰ ਸਮਰਪਿਤ ਹੈ ਮੇਰੀ ਐਲਬਮ ਸੋਲੋ